ਬੱਚੇ ਨੇ ਡੇਂਗੂ ਦਾ ਲਾਰਵਾ ਲੱਭ ਲਿਆ ਆਪਣੇ ਘਰ ਦੇ ਵਿੱਚ, ਆਪਣੇ ਮੁਹੱਲੇ ਦੇ ਵਿੱਚ, ਤਾਂ ਉਹਨੂੰ ਇੱਕ ਨੰਬਰ ਮਿਲਣਾ ਜੀ ਇੰਟਰਨਲ ਅਸੈਸਮੈਂਟ ਦੇ ਵਿੱਚ। ਬੱਚੇ ਭੱਜ ਭੱਜ ਕੇ ਲੱਭ ਰਿਹਾ, ਉਹ ਸਾਨੂੰ ਦੱਸ ਰਿਹਾ, ਸਾਡੇ ਸਟਾਫ ਉੱਥੇ ਜਾ ਕੇ ਉਹਨੂੰ ਡਿਸਕਰਾਈਬ ਕਰ, ਡੈਜ਼ਰਟ ਕੂਲਰ ਉਹਦਾ ਪਾਣੀ ਸੁਕਾ ਦਿਓ, ਫਰਿੱਜ ਦੇ ਨੀਚੇ ਟਰੇ ਆ ਉਹਨੂੰ ਸੁਕਾ ਦਿਓ, ਜੇ ਪੰਛੀਆਂ ਲਈ ਕਟੋਰੇ ਰੱਖ ਦਿਓ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਸੁਕਾ ਕੇ ਦੁਬਾਰਾ ਪਾਣੀ ਪਾ ਦਿਓ। ਅਤੇ ਆਸੇ ਪਾਸੇ ਕਿਤੇ ਪਾਣੀ ਖੜ੍ਹਾ ਨਹੀਂ ਡਰੇਨ ਕਰ ਸਕਦੇ, ਕੋਈ ਵੱਡਾ ਟੋਬਾ ਸਾਡੇ ਕੋਲ ਮੱਛੀਆਂ ਫਰੀ ਆ, ਗਮੂਸੀਆ ਫਿਸ਼ ਕਹਿੰਦੇ ਆ, ਉਹ ਪਾ ਦਿਓ, ਸੜਿਆ ਹੋਇਆ ਤੇਲ ਜਿਹਦੇ 'ਚ ਪਕੌੜੇ ਕੱਢਦੇ ਹੋ, ਕੋਈ ਹੋਰ ਕਰਦੇ ਹੋ, ਕਰੇਲੇ ਤਲ ਦਿਓ, ਉਹ ਥੋੜ੍ਹਾ ਜਿਹਾ ਆਪਾਂ ਛਿੜਕ ਦਿਓ ਹਲਕਾ ਦਿਆ ਲਿਆ, ਉਹਦੇ ਨਾਲ ਮਰ ਜਾਣਗੇ ਸਾਰਾ ਡਰ। ਪੰਜਾਬ ਸਰਕਾਰ ਦੇ ਵੱਲੋਂ ਅੱਜ 586 ਨੌਕਰੀਆਂ ਸਿਹਤ ਮਹਿਕਮੇ 'ਚ ਦਿੱਤੀਆਂ ਗਈਆਂ, ਸਿਹਤ ਮੰਤਰੀ ਮੇਰੇ ਨਾਲ ਮੰਤਰੀ ਸਾਹਿਬ, 586 ਅੱਜ ਨੌਕਰੀਆਂ ਜਿਹੜੀਆਂ ਉਹ ਦਿੱਤੀਆਂ ਗਈਆਂ, ਜਿਹੜੇ ਜਿਹਨਾਂ ਨੂੰ ਨੌਕਰੀ ਮਿਲੀ ਉਹ ਤਸਵੀਰਾਂ ਵੀ ਨਾਲ ਤੁਹਾਡੇ ਖਿਚਾ ਰਹੇ ਹਾਂ। ਹਾਂਜੀ ਹਾਂ, ਆਹ ਦੇਖੋ ਬੀਬਾ ਜੀ ਆਇਆ, ਕਿੰਨੀ ਦੇਰ ਤੋਂ ਲੱਗੇ ਹੋਏ ਸੀ ਬੀਬਾ ਜੀ? ਸਰ 13 ਸਾਲ ਤੋਂ ਮੈਂ ਐਨਐਚਐਮ ਦੇ ਵਿੱਚ ਕੰਮ ਕਰਦੀ ਸੀ, ਅੱਜ ਮੈਨੂੰ ਯਕੀਨ ਨਹੀਂ ਹੁੰਦਾ ਕਿ ਰੈਗੂਲਰ ਪੋਸਟ ਦੀ। 13 ਸਾਲ ਤੋਂ ਕੱਚੇ ਚੱਲ ਰਹੇ ਸੀ, ਕੱਚੇ ਚੱਲ ਸੀ, ਅੱਜ ਕਲੰਕ ਲੱਥ ਗਿਆ। ਅੱਜ ਕਲੰਕ ਲੱਥ ਗਿਆ ਬਸ। ਹਾਂਜੀ, ਤੁਹਾਡੇ ਬੱਚੇ ਹੈ? ਹਾਂਜੀ, ਮੇਰਾ ਬੇਟਾ ਅੱਜ ਸਵੇਰੇ ਕਹਿੰਦਾ ਮੰਮਾ ਕਿੱਥੇ ਚੱਲੇ, ਮੈਂ ਕਿਹਾ ਮੇਰੇ ਪੁੱਤ ਗਵਰਨਮੈਂਟ ਜੋਬ ਮਿਲੀ ਹੈ, ਉਹਦੇ ਆਰਡਰ ਲੈ ਲੈਣਾ। ਕਹਿੰਦਾ ਮੰਮਾ ਤੁਸੀਂ ਅੱਗੇ ਵੀ ਤਾਂ ਗਵਰਨਮੈਂਟ ਜੋਬ ਹੀ ਕਰਦੇ ਆ। ਮੈਂ ਕਿਹਾ ਨਹੀਂ, ਗਵਰਨਮੈਂਟ ਜੋਬ ਤਾਂ ਕਰਦੇ, ਮੈਨੂੰ ਪਤਾ ਨਹੀਂ ਕਿ ਗਵਰਨਮੈਂਟ ਜੋਬ ਵਿੱਚ ਵੀ ਕੱਚੇ ਬੰਦੇ ਆ ਹੁਣ। 13 ਸਾਲ ਬਾਅਦ ਨੌਕਰੀ ਲੱਗੀ ਹੈ, ਬਹੁਤ ਅੱਛਾ ਲੱਗ ਰਿਹਾ ਜੀ ਮੈਨੂੰ, ਬਹੁਤ ਬੱਚੇ ਖੁਸ਼ ਹੈ ਜੀ। 13 ਸਾਲ ਦਾ, 18 ਸਾਲ ਬਾਅਦ, ਇਹ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਅੱਛੀ ਨੀਅਤ, ਅੱਛੀ ਨੀਤੀ, ਉਹਦਾ ਰਿਜ਼ਲਟ ਹੈ। ਦੂਸਰਾ, ਡੇਂਗੂ ਦੇ ਮਰੀਜ਼ ਜਿਹੜੇ ਨੇ ਉਹ ਵੱਧ ਰਹੇ ਨੇ, ਡੇਂਗੂ ਦਾ ਪ੍ਰਕੋਪ ਜਿਹੜਾ ਫਿਰ ਨਜ਼ਰ ਆ ਰਿਹਾ, ਕੀ ਪਲਾਨ ਹੈ, ਕੀ ਬਲਿਊ ਪ੍ਰਿੰਟ ਹੈ, ਕੀ ਰੋਡ ਮੈਪ ਹੈ, ਕੀ ਸਰਕਾਰ ਕਰ ਰਹੀ ਡੇਂਗੂ ਦੇ ਕੇਸ? ਸਵਾਲ ਹੈ ਜੀ, ਇਹਦੇ 'ਚ ਤੁਸੀਂ ਦੇਖਿਆ ਹੋਣਾ ਵੀ ਜਿਹੜਾ ਟ੍ਰਾਈਸਿਟੀ ਦੀ ਅੱਜ ਰਿਪੋਰਟ ਵੀ ਆਈ ਸੀ, ਸ਼ਾਇਦ ਤੁਸੀਂ ਉਹਨੂੰ ਰੈਫਰ ਕਰ ਰਹੇ ਹੋ, ਪੰਚਕੂਲਾ ਦੇ ਵਿੱਚ ਬਹੁਤ ਜ਼ਿਆਦਾ ਹੈਗੇ ਆ, ਮੋਹਾਲੀ 'ਚ ਵੀ ਹੈਗੇ ਆ, ਮੈਂ ਨਹੀਂ ਕਹਿੰਦਾ ਨਹੀਂ ਆ। ਅਸੀਂ ਨਾ ਇਹਦੇ 'ਚ ਮਲਟੀ ਸੈਕਟੋਰਲ ਕੋਆਰਡੀਨੇਸ਼ਨ ਕੀਤੀ ਆ, ਜੋ ਕਿ ਇੱਕ ਬਹੁਤ ਅੱਛਾ ਇਨੀਸ਼ੀਏਟਿਵ ਸੀਗਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ, ਅਤੇ ਅਸੀਂ ਉਹਨੂੰ ਬਹੁਤ ਅੱਛੇ ਤਰੀਕੇ ਦੇ ਨਾਲ ਲਿਆ, ਕਿਉਂਕਿ ਜਿਹੜੀ ਪਾਣੀ ਹੈ ਨਾ ਜੀ, ਜਿਹੜੀ ਫਿਊਮੀਗੇਸ਼ਨ ਹੈ ਉਹ ਲੋਕਲ ਬੋਡੀਜ਼ ਨੇ ਕਰਨੀ ਹੈ, ਮਿਊਂਸਪਲ ਕਮੇਟੀ ਹੋਵੇ, ਮਿਊਂਸਪਲ ਕਾਰਪੋਰੇਸ਼ਨ ਹੋਵੇ, ਜਾਂ ਪੰਚਾਇਤ ਹੋਵੇ, ਔਰ ਜਿਹੜੀ ਟੈਸਟਿੰਗ ਕਰਨੀ ਹੈ, ਜਿਹੜੀ ਐਂਟੀ ਲਾਰਵਲ ਮੇਜਰਸ ਹੈ ਉਹ ਅਸੀਂ ਕਰਨੀ ਹੈ, ਬਲੀਡਿੰਗ ਚੈੱਕਰ ਅਸੀਂ ਡਬਲ ਕਰਤੇ ਆ। ਅਸੀਂ ਜਿੱਥੇ ਵੀ ਕੋਈ ਡੇਂਗੂ ਦਾ ਜਾਂ ਮਲੇਰੀਆ ਦਾ ਪੇਸ਼ੈਂਟ ਆ ਜਾਂਦਾ ਨਾ ਜੀ, ਅਸੀਂ 100 ਘਰ ਛਾਂਟ ਦਿੰਦੇ ਹਾਂ ਆਸੇ ਪਾਸੇ, ਵੀ ਡੇਂਗੂ ਦਾ ਲਾਰਵਾ ਤਾਂ ਨਹੀਂ ਉੱਥੇ, ਜੇ ਲਾਰਵਾ ਨਹੀਂ ਹੋਏਗਾ ਤਾਂ ਡੇਂਗੂ ਨਹੀਂ ਹੋਏਗਾ। ਸੋ ਇਹ ਅਸੀਂ ਸਾਰੇ ਜਿਹੜੇ ਹੈਗੇ ਨਾ ਜੀ, ਸਾਡਾ ਸਿਹਤ ਮਹਿਕਮਾ, ਵਾਟਰ ਸਪਲਾਈ, ਸੈਨੀਟੇਸ਼ਨ ਦਾ, ਲੋਕਲ ਬੋਡੀਜ਼ ਦਾ, ਅਰਬਨ ਐਂਡ ਰੂਰਲ ਬੋਥ, ਔਰ ਐਜੂਕੇਸ਼ਨ ਦਾ, ਅਸੀਂ ਬੱਚਿਆਂ ਨੂੰ, ਟੀਚਰਸ ਨੂੰ ਟ੍ਰੇਨਿੰਗ ਕਰ ਰਹੇ ਹਾਂ, ਇਹਦੇ 1-2 ਸਾਲ ਬਾਅਦ ਬਹੁਤ ਵਧੀਆ ਨਤੀਜੇ ਆਉਣਗੇ। ਵੀ ਜੇ ਬੱਚੇ ਨੇ ਡੇਂਗੂ ਦਾ ਲਾਰਵਾ ਲੱਭ ਲਿਆ ਆਪਣੇ ਘਰ ਦੇ ਵਿੱਚ, ਆਪਣੇ ਮੁਹੱਲੇ ਦੇ ਵਿੱਚ, ਤਾਂ ਉਹਨੂੰ 1 ਨੰਬਰ ਮਿਲਣਾ ਜੀ ਇੰਟਰਨਲ ਅਸੈਸਮੈਂਟ ਦੇ ਵਿੱਚ। ਬੱਚੇ ਭੱਜ ਭੱਜ ਕੇ ਲੱਭ ਰਿਹਾ, ਉਹ ਸਾਨੂੰ ਦੱਸ ਰਿਹਾ, ਸਾਡੇ ਸਟਾਫ ਉੱਥੇ ਜਾ ਕੇ ਉਹਨਾਂ ਨੂੰ ਡਿਸਕ੍ਰਾਈਬ ਕਰ। ਤੁਸੀਂ ਪਹਿਲਾਂ ਵੀ ਕਿਹਾ ਸੀ, ਕਿੰਨੇ ਕੁ ਸਟੂਡੈਂਟ ਦੱਸ ਰਹੇ ਔਰ ਕੀ ਕੀ? ਬਹੁਤ ਬਹੁਤ ਕਾਮਨ ਹੋ ਗਿਆ ਜੀ, ਮਤਲਬ ਇਟ ਇਜ਼ ਕੈਚਿੰਗ ਅਪ, ਸਾਨੂੰ ਟਾਈਮ ਲੱਗ ਰਿਹਾ, ਕਿਉਂਕਿ ਆਫਟਰ ਆਲ ਉਹਨਾਂ ਨੂੰ 2 ਨੰਬਰ ਕਿਹਾ ਸੀ, 1 ਨੰਬਰ ਕਿਹਾ ਸੀ ਉਹਨਾਂ ਨੂੰ ਟ੍ਰੇਨ ਕਰਨਾ? ਨਹੀਂ, ਆਈ ਵਾਰੀ 1 ਨੰਬਰ ਦੇਵਾਂਗੇ ਅਸੀਂ, ਉਹਦੇ ਨਾਲ ਕੀ ਆ ਕਿ ਬੱਚੇ ਹੋਰ ਲੱਭਣਗੇ ਜਾ ਕੇ, ਕੋਈ ਨਹੀਂ, ਉਹ ਟੀਚਰਸ ਡਿਸਾਈਡ ਕਰ ਲੈਣਗੇ, ਜੇ ਉਹਨੂੰ ਲੱਗਦਾ 2 ਦਿਨ ਦੇ ਦੇਣਗੇ ਜੀ ਇੰਟਰਨਲ ਅਸੈਸਮੈਂਟ ਤੋਂ। ਹਸਪਤਾਲਾਂ 'ਚ ਕਿਸ ਤਰੀਕੇ ਦੇ ਇੰਤਜ਼ਾਮ ਹੈ, ਕਿਉਂਕਿ ਮਰੀਜ਼ ਵੱਧ ਰਹੇ ਨੇ ਤਾਂ ਉੱਥੇ ਸਾਡੇ ਕੋਲ ਦਵਾਈਆਂ ਵਾਧੂ ਆ ਜੀ, ਸਾਡੇ ਕੋਲ ਸਾਰਾ ਹੈਗਾ। ਦੇਖੋ, ਦਵਾਈਆਂ ਅਸੀਂ ਦੇ ਦਾਂਗੇ, ਇਲਾਜ ਅਸੀਂ ਕਰ ਦਾਂਗੇ, ਬੈੱਡ ਸਾਡੇ ਕੋਲ ਹੈਗੇ ਆ, ਬਟ ਜਿਹੜਾ ਦੁੱਖ ਹੈ ਉਹ ਤਾਂ ਉਸ ਪਰਿਵਾਰ ਦਾ ਹੁੰਦਾ ਨਾ ਜੀ। ਸੋ ਇੱਕ ਵਾਰੀ ਡੇਂਗੂ ਹੋ ਜਾਏ, ਹਿਲਾ ਕੇ ਰੱਖ ਦਿੰਦੀ ਹੈ ਜੀ ਬੰਦੇ ਨੂੰ ਉਹ। ਸੋ ਇਸ ਕਰਕੇ ਕੋਸ਼ਿਸ਼ ਹੈ ਵੀ ਤੁਸੀਂ ਆਪਣਾ, ਦੇਖੋ ਤੁਸੀਂ ਕੀ ਕਰਨਾ, ਹਰ ਸ਼ੁੱਕਰਵਾਰ ਡੇਂਗੂ ਤੇ ਵਾਰ, ਤੁਸੀਂ ਹਰ ਸ਼ੁੱਕਰਵਾਰ ਕੀ ਕਰਨਾ, ਇੱਕ ਵਾਰੀ ਆਪਣਾ ਜਿਹੜਾ ਕੂਲਰ ਹੈ ਨਾ, ਠੰਡੀ ਹਵਾ ਵਾਲਾ ਡੈਜ਼ਰਟ ਕੂਲਰ, ਉਹਦਾ ਪਾਣੀ ਸੁਕਾ ਦਿਓ, ਫਰਿੱਜ ਦੇ ਨੀਚੇ ਟਰੇ ਆ ਉਹਨੂੰ ਸੁਕਾ ਦਿਓ, ਜੇ ਪੰਛੀਆਂ ਲਈ ਕਟੋਰੇ ਰੱਖ ਦਿਓ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਸੁਕਾ ਕੇ ਦੁਬਾਰਾ ਪਾਣੀ ਪਾ ਦਿਓ। ਇਸੇ ਤਰ੍ਹਾਂ ਜੇ ਤੁਸੀਂ ਘਰੇ ਪੀਣ ਲਈ ਪਾਣੀ ਸਟੋਰ ਕਰਦੇ ਹੋ, ਉਹਦਾ ਵੀ ਬਰਤਨ ਨੂੰ ਖਾਲੀ ਕਰਕੇ ਉਹਨੂੰ ਵੀ ਦੁਬਾਰਾ ਭਰ ਦਿਓ। ਅਤੇ ਇਹ ਜਿਹੜੇ ਛੋਟੀਆਂ ਛੋਟੀਆਂ ਪ੍ਰਕੋਸ਼ਨ ਲਓਗੇ, ਜੇ ਆਸੇ ਪਾਸੇ ਕਿਤੇ ਪਾਣੀ ਖੜ੍ਹਾ ਨਹੀਂ ਡਰੇਨ ਕਰ ਸਕਦੇ, ਕੋਈ ਵੱਡਾ ਟੋਬਾ ਸਾਡੇ ਕੋਲ ਮੱਛੀਆਂ ਫਰੀ ਹੈ, ਗਮੂਸੀਆ ਫਿਸ਼ ਕਹਿੰਦੇ ਆ, ਉਹ ਪਾ ਦਿਓ। ਜੇ ਥੋੜ੍ਹਾ ਪਾਣੀ ਹੈ ਤਾਂ ਉਹਦੇ ਉੱਤੇ ਵੈਜੀਟੇਬਲ ਆਇਲ, ਸੜਿਆ ਹੋਇਆ ਤੇਲ ਜਿਹਦੇ 'ਚ ਪਕੌੜੇ ਕੱਢ ਦਿਓ, ਕੋਈ ਹੋਰ ਕਰ ਦਿਓ, ਕਰੇਲੇ ਤਲ ਦਿਓ, ਉਹ ਥੋੜ੍ਹਾ ਜਿਹਾ ਉੱਪਰ ਛਿੜਕ ਦਿਓ ਹਲਕਾ ਜਿਹਾ, ਲੈ ਉਹਦੇ ਨਾਲ ਮਰ ਜਾਣਗੇ ਸਾਰਾ ਡਰ। ਭਾਜਪਾ ਦੀ ਮੈਂਬਰ ਪਾਰਲੀਮੈਂਟ ਕੰਗਣਾ ਰਣਾਵਤ ਕਹਿ
ਜਿਹੜੇ ਖੇਤੀ ਕਾਨੂੰਨ ਵਾਪਸ ਲਿੱਤੇ ਉਹਨਾਂ ਦੇ ਹੱਕ ਚ ਬੋਲ ਰਹੇ ਨੇ, ਕਹਿੰਦੇ ਕਿ ਕਾਨੂੰਨ ਵਾਪਸ ਹੋਣੇ ਚਾਹੀਦੇ ਨੇ, ਕਾਨੂੰਨ ਲਾਗੂ ਹੋਣੇ ਚਾਹੀਦੇ ਨੇ। ਮੈਂ ਖੁਦ ਕਿਸਾਨ ਦੀ ਧੀ ਹਾਂ, ਮੈਨੂੰ ਕਿਸਾਨਾਂ ਦਾ ਦਰਦ ਪਤਾ ਵੈ, ਔਰ ਮੇਰੇ ਹੁਣ ਬਿਆਨ ਨੂੰ ਜਿਹੜਾ ਵੈ ਉਹ ਵਿਵਾਦਿਤ ਕਰ ਦਿੱਤਾ ਜਾਏਗਾ। ਦੇਖੋ ਜਿਹੜੀ ਕੰਗਣਾ ਰਣੌਤ ਹੈ ਨਾ ਜੀ, ਉਹਦੀ ਪਾਰਟੀ ਨੇ ਕੀ ਕਿਹਾ? ਉਹਨੇ ਕਿਹਾ ਵੀ ਇਹਦਾ ਆਪਣਾ ਬਿਆਨ ਹੈ, ਅਸੀਂ ਇਹਦੇ ਨਾਲ ਸਹਿਮਤ ਨਹੀਂ ਹਾਂ। ਠੀਕ ਹੈ ਜੀ, ਉਹਦੀ ਪਾਰਟੀ ਉਹਦੇ ਨਾਲ ਸਹਿਮਤ ਨਹੀਂ ਹੈ। ਜੇ ਉਹਦਾ ਮਤਲਬ ਕਹਿੰਦੀ ਮੈਂ ਕਿਸਾਨ ਦੀ ਬੇਟੀ ਹਾਂ, ਉਹਦੇ ਮਾਂ ਪਿਓ ਮੈਨੂੰ ਲੱਗਦਾ ਜੇ ਉਹ ਕਿਸਾਨ ਹੈ ਤਾਂ ਉਹਦੇ ਨਾਲ ਸਹਿਮਤ ਨਹੀਂ ਹੋ ਸਕਦੇ। ਕੰਗਣਾ ਰਣੌਤ ਨੂੰ ਸੀਰੀਅਸਲੀ ਨਾ ਲਿਆ ਕਰੋ, ਉਹ ਮਤਲਬ ਸ਼ੀ ਇਜ਼ ਨੋਟ ਏ ਨਾਇਕ, ਉਹ ਖਲਨਾਇਕ ਬਣੀ ਹੋਈ ਹੈ ਜੀ ਇਸ ਵੇਲੇ ਪੰਜਾਬ ਦੇ ਮਸਲੇ ਦੇ ਵਿੱਚ, ਦੇਸ਼ ਦੇ ਮਸਲੇ 'ਚ ਖਲਨਾਇਕ ਆ। ਉਹ ਤਾਂ ਕਹਿੰਦੀ ਮੇਰੀ ਸਰਕਾਰ ਹੀ ਨਹੀਂ ਕਹਿੰਦੀ ਮੇਰੀ ਫਿਲਮ ਨੂੰ ਮਨਜ਼ੂਰੀ ਨਹੀਂ ਦੇ ਰਹੀ, ਸਾਡੀ ਸਰਕਾਰ ਥੋੜ੍ਹੀ ਹੈ ਇਹ, ਉਹਨੇ ਸਰਕਾਰ ਨੂੰ ਡਿਸਓਨ ਕਰਤਾ, ਸਰਕਾਰ ਨੇ ਉਹਦੇ ਬਿਆਨ ਨੂੰ ਡਿਸਓਨ ਕਰਤਾ। ਸੋ ਕਈ ਬੰਦੇ ਹੁੰਦੇ ਆ ਜਿਹੜੇ ਪਹਿਲਾਂ ਸੋਚਦੇ ਆ ਫਿਰ ਬੋਲਦੇ ਆ, ਕਈ ਬੰਦੇ ਹੁੰਦੇ ਆ ਬੋਲ ਦਿੰਦੇ ਆ ਬਾਅਦ 'ਚ ਸੋਚ ਲੈਂਦੇ ਆ। ਇਹ ਉਹਨਾਂ 'ਚੋਂ ਜਿਹੜੇ ਨਾ ਪਹਿਲਾਂ ਸੋਚਦੇ ਨਾ ਬਾਅਦ 'ਚ ਸੋਚਦੇ ਹੁੰਦੇ, ਬੋਲ ਦਿੰਦੇ ਆ, ਠਾ ਸੋਟਾ ਮਾਰ ਦਿੰਦੇ ਆ। ਇਹਨਾਂ ਨੂੰ ਇਹ ਨਹੀਂ ਪਤਾ ਵੀ ਜੋ ਇਹ ਕੰਮ ਕਰ ਰਹੀ ਹੈ ਤੀਲੇ ਲਾਉਣ ਦਾ ਕੰਮ ਕਰ ਰਹੀ ਹੈ। ਸ਼ੀ ਇਜ਼ ਇਨ ਅ ਨੈਗੇਟਿਵ ਰੋਲ, ਐਕਸਟ੍ਰੀਮਲੀ ਨੈਗੇਟਿਵ ਰੋਲ, ਇਟਸ ਵੈਰੀ ਸੈਡ, ਸ਼ੀ ਸ਼ੁੱਡ ਨੋਟ ਡੂ ਦੈਟ, ਨਾਓ ਸ਼ੀ ਇਜ਼ ਅ ਮੈਂਬਰ ਆਫ ਪਾਰਲੀਮੈਂਟ, ਸ਼ੀ ਇਜ਼ ਅ ਰਿਸਪੋਂਸਿਬਲ ਮੈਂਬਰ ਪਾਰਲੀਮੈਂਟ ਹੈ ਤਾਂ ਕਿਉਂ ਇਸ ਤਰੀਕੇ ਦੇ ਬਿਆਨ ਦਿੱਤੇ ਜਾ ਰਹੇ ਹਨ?